ਆਈਫੋਨ 7 ਪਲੱਸ ਕਿੰਨੇ ਕਿੰਨੇ ਜੀਬੀ ਹੈ ਇਹ ਭਾਈ 128 ਜੀਬੀ 128 ਜੀਬੀ ਤੇ ਗੋਲਡ ਵੀ 128 ਤੇ ਬਲੈਕ ਵੀ 128 ਇਹ 64 ਜੀਬੀ ਹੈ ਇਹਦਾ ਸਾਰੀ ਐਕਸੈਸਰੀ ਅਵੇਲੇਬਲ ਹੈ ਠੀਕ ਹੈ ਕੰਗ੍ਰੈਚੁਲੇਸ਼ਨ ਆਂਟੀ ਜੀ ਕੰਗ੍ਰੈਚੁਲੇਸ਼ਨ ਨਵੇਂ ਫੋਨ ਦੀਆਂ ਬਹੁਤ ਬਹੁਤ ਵਧਾਈਆਂ ਠੀਕ ਹੈ ਜੀ ਥੋੜਾ ਧਿਆਨ ਨਾਲ ਰੱਖਿਓ ਕਲਰ ਦੇਖੋ ਗੋਲਡਨ ਕਲਰ ਪੂਰੇ ਖੰਨੇ ਦੇ ਵਿੱਚ ਭਾਜੀ ਕਹਿੰਦੇ ਵੀ ਇਹ ਕਿੱਥੇ ਨਹੀਂ ਮਿਲਦਾ ਹੈਗਾ ਇੱਥੇ ਹੀ ਮਿਲਦਾ सिर्फ खन्ने दे विच इत्थी मिलदा ते आपां आओ पहला मिलाने पंकुश नाल ते आ भैया ने उहदे पंकुश दे ठीक है जी ओनर ने ते आ पंकुश नाल साडे पंकुश हाँ सब तो पहला ना दुकान दा अपनी दा एड्रेस दस दो अपना भाई दुकान है साहिल मोबाइल्स नाम है अच्छा। समराला रोड वाला पुल टप के नियर छप्पड़ रोड ते है समराला रोड जोती समराला रोड तो बस तुसी ब्रिज क्रॉस करना है ते सामने ही तुहानू दुकान दिख जाना साहिल मोबाइल्स ते क्वांटिटी दी गल करिए कि केड़ी-केड़ी क्वांटिटी आपने अपने कोल ज्यादा आईफोन हुंदे ने आईफोन ओके हेडफोन वगैरह सारी क्वालिटी अवेलेबल है सारे खन्ने पहला घूमे आओ उस तो बाद वीडियो देख के इत्थे पहुंचो थोनू स्पेशल डिस्काउंट भी दिता जाऊगा पहला हुण चेक करदे आपां आईफोन सिर्फ 6000 ਦਾ 32 GB 6000 ਦਾ iPhone 6 ਠੀਕ ਹੈ ਠੀਕ ਹੈ ਉਸ ਤੋਂ ਬਾਅਦ ਨੈਕਸਟ ਹੋਰ ਆਪਣੇ ਕੋਲ 7 ਪਏ ਨੇ ਉਹ ਤਾਂ ਆਪਣੇ ਕੋਲ 3-4 ਪੀਸ ਪਏ ਨੇ ਓਕੇ ਇੱਕ ਆ ਪਿਆ ਇਹ 32 GB ਨੇ ਦੋਨੋਂ अच्छा 7 पे हैं 2 32 GB एक केड़े स्वैप्ड पीस है नहीं नहीं ये सिंपल ने सिंपल ये यूज पीस आंदे ना जिवें मतलब कि पीपल जलांदे ने वो सेल कर जंदे ने ओके 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 ये बिल्कुल न्यू वर्गी कंडीशन पई है जी ओके 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 ठीक है फोन देखो ਤੁਸੀਂ iPhone 7 ਕਿੰਨੇ GB ਹੈ ਦੋਨੋਂ 32 GB ਪ੍ਰਾਈਸ ਪ੍ਰਾਈਸ ਹੈ ਭਈ ਆਪਾਂ ਨੂੰ 10500 ठीक है 10500 देखो जी 10500 दा आईफोन 7 मैं खुद रेट पता कीते हैं 13000 तो थल्ले तुहानू कितों नहीं मिलने चाहे चंडीगढ़ चल जाओ चाहे लुधियाने चल जाओ जिथे मर्जी चल जाओ आईफोन 7 32 10000 बहुत वधिया जेन्युइन प्राइस है ठीक है नैक्सट वीरे ਹੋਰ ਆਪਣੇ ਕੋ ਭਈਆ 7 ਇੱਕ ਬਹੁਤ ਸੋਹਣੀ ਚੀਜ਼ ਪਈ ਉਹ ਤੁਹਾਨੂੰ ਦਿਖਾਉਣਾ 128 GB ਹੈ ਅਨਯੂਜ਼ਡ ਪੀਸ ਹੁੰਦੇ ਨੇ ਅੱਛਾ ਇਹ ਕੇਅਰ ਚ ਆਉਂਦੇ ਆਪਾਂ ਨੂੰ 128 GB 7 ਦੇਖੋ ਪੀਸ ਦੇਖੋ ਤੁਸੀਂ ਪੂਰਾ ਇਹਨਾਂ ਆਪਾਂ ਵਾਰੰਟੀ ਅਵੇਲੇਬਲ ਕਰਦੇ ਹਾਂ 2 ਮੰਥ ਦੀ ਅੱਛਾ 2 ਮੰਥ ਦੀ ਵਾਰੰਟੀ ਤੇ ਪ੍ਰਾਈਸ ਕਿੰਨਾ ਹੈ ਦਾ ਪ੍ਰਾਈਸ ਤੁਹਾਨੂੰ ਭਈਆ ਇਹਦਾ ਮਿਲ ਜੇਗਾ 14500 ਰੁਪਏ 14500 ਦੇ ਵਿੱਚ 128 GB ਰੋਜ਼ ਗੋਲਡ ਕਲਰ ਦੇ ਵਿੱਚ ਦੇਖੋ ਫੋਨ ਦੇਖੋ ਕਿੰਨਾ ਵਧੀਆ ਕੁਆਲਿਟੀ ਹੈ ਜੇ ਕੋ ਪ੍ਰੋਬਲਮ ਹੁੰਦਾ ਰਿਪਲੇਸਮੈਂਟ ਜਾਂ ਰਿਫੰਡ ਵੀ ਕਰਾਂਗੇ ਆਪਾਂ ਰਿਪਲੇਸਮੈਂਟ ਤੇ ਰਿਫੰਡ ਵੀ ਹੈ ਤੇ ਪ੍ਰਾਈਸ ਇਹਦਾ ਕਿੰਨਾ ਸੀ 14000 14500 14500 ਦੇ ਵਿੱਚ ਦੇਖੋ ਆਈਫੋਨ 7 ਕਿੰਨਾ ਵਧੀਆ ਕੁਆਲਿਟੀ ਹੈ ਬਹੁਤ ਵਧੀਆ ਨਿਊਜ਼ ਹੈ ਨੀਚੇ ਸੀਲ ਵੀ ਲੱਗੀ ਹੁੰਦੀ ਹੈ ਓਕੇ ਠੀਕ ਹੈ ਜੀ ਨੈਕਸਟ ਹੋਰ ਮੈਂ ਕੋਈ 7 ਪਲੱਸ ਮਿਲ ਜਾਣਗੇ 7 ਪਲੱਸ 7 ਪਲੱਸ आईफोन 7 प्लस किन्ने किन्ने जीबी है ये भाई 128 जीबी ते गोल्ड भी 128 ते ब्लैक भी 128 ठीक है कंडीशन देखो नवे नवे करके बिल्कुल साफ पे हैं फोन ये भी 80 प्लस बैटरी वाला तो होगी ते 17000 रुपए ते पैसे ये किन्ने दा 17000 दे 80 प्लस बैटरी वाला 80 प्लस बैटरी हेल्थ बिल्कुल ते नाल की मिलूगा भाई ये भाई ये एक्सेसरी है एक्सेसरी केड़ी केड़ी चार्जर बॉक्स अवेलेबल होएगा जो ठीक है जी बॉक्स चार्जर फोन देखो ਤੁਸੀਂ ਫੋਨ ਦੀ ਕੁਆਲਿਟੀ ਜਿਹੜੀ ਹੈ ਬੈਸਟ ਹੈ ਮੈਨੂੰ ਬਹੁਤ ਪਸੰਦ ਆਇਆ ਆਈਫੋਨ 7 ਪਲੱਸ ਤੇ ਇਹ ਆਈਫੋਨ 7 ਪਲੱਸ ਦੇ ਕੈਮਰੇ ਜਿਹੜੇ ਜਦੋਂ ਆਏ ਸੀਗੇ ਬਹੁਤ ਵਧੀਆ ਸੀਗੇ
ਉਸ ਟਾਈਮ ਬਹੁਤ ਜ਼ਿਆਦਾ ਫੇਮਸ ਸੀ ਆਈਫੋਨ 7 ਪਲੱਸ ਤੇ ਅੱਜ ਵੀ ਇਹ ਵਿਕਦੇ ਨੇ ਤੇ ਅੱਜ ਵੀ 7 ਪਲੱਸ 8 ਪਲੱਸ ਦੇ ਜਿਹੜੇ ਕੈਮਰੇ ਨੇ ਨਾ ਬੈਸਟ ਮੰਨੇ ਜਾਂਦੇ ਆ ਠੀਕ ਹੈ ਚਲੋ XR ਦੇਖੋ ਕਿੰਨਾ ਵਧੀਆ XR ਬਲੈਕ ਕਲਰ ਦੇ ਵਿੱਚ ਹੈ ਸਾਫ਼ ਪੀਸ ਬਿਲਕੁਲ ਤੇ 86% ਬੈਟਰੀ ਆਉਂਦਾ ਕਿੰਨੀ 86 ਬੈਟਰੀ ਹੈ ਤੇ ਪ੍ਰਾਈਸ ਕਿੰਨਾ ਇਹਦਾ ਭਾਜੀ 27,000 ਰੁਪਏ 27,000 ਦੇ ਵਿੱਚ ਤੁਸੀਂ ਕਿੰਨੇ ਜੀ ਬੀ ਭਾਜੀ 64 GB 27,000 ਪ੍ਰਾਈਸ ਹੈ ਤੇ ਜੇ ਤੁਸੀਂ ਮੇਰੇ ਵਿਊਰਸ ਹੋ ਤੇ ਨਾਲ ਆਓਗੇ ਤਾਂ ਤੁਹਾਨੂੰ ਮੇਰੀ ਵੀਡੀਓ ਦੇਖਣ ਤੋਂ ਬਾਅਦ ਆਓਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਜ਼ਰੂਰ ਮਿਲੂਗਾ ਠੀਕ ਹੈ ਤਾਂ ਜ਼ਰੂਰ ਆਇਓ ਕੰਪਲੀਮੈਂਟਰੀ ਕਵਰ ਵੀ ਦੇਣਾ ਹਾਂਜੀ ਹਾਂਜੀ ਬਿਲਕੁਲ ਤੇ ਉਸ ਤੋਂ ਬਾਅਦ 11 ਵੀ ਮਿਲ ਜਾਏਗਾ ਐਕਸ ਵੀ ਮਿਲ ਜਾਏਗਾ ਅੱਛਾ ਇੱਕ ਐਕਸ जे कोई लेना चाहता सील्ड पीस है देखो बहुत वधिया लग रहा मेनू घैंट लग रहा पूरी फीलिंग आ रही है चलो नेक्स्ट ਨਵਾ ਤੇ ਪ੍ਰਾਈਸ ਭਾਜੀ ਇਹਦਾ ਕਿੰਨਾ ਹੋਊ ਭਾਜੀ ਪ੍ਰਾਈਸ ਹੈ ਮਾਰਕੀਟ 12,500 ਰੁਪਏ ਦਾ 2 ਦਿਨ ਚੱਲਿਆ ਹੋਇਆ ਤਾਂ ਕਰਕੇ 9,000 ਰੁਪਏ ਦਾ ਠੀਕ ਹੈ 9,000 ਰੁਪਏ ਦਾ ਇੱਕ ਦਿਨ ਚੱਲਿਆ ਹੋਇਆ ਓਹੋ ਦੇਖੋ ਇਹ ਕਿਹੜਾ ਰੀਅਲਮੀ ਦਾ C11 ਤੇ ਇਹ ਰੀਅਲਮੀ ਦਾ C11 ਅੱਜ ਕੱਲ ਰੀਅਲਮੀ ਦੇ ਸੈੱਟ ਵੀ ਬਹੁਤ ਫੇਮਸ ਨੇ ਬੱਚੇ ਗੇਮਿੰਗ ਲਈ ਫੋਨ ਯੂਜ਼ ਕਰਦੇ ਆ ਗੇਮਿੰਗ ਲਈ ਵੀ ਆ ਕਲਾਸਿਸ ਵਗੈਰਾ ਲਈ ਨਿਊ ਹੀ ਰੇਟ ਇਹਦਾ 8,000 ਰੁਪਏ ਆਪਾਂ ਇੱਕ ਦਿਨ ਚੱਲਿਆ ਹੋਇਆ 6,000 ਰੁਪਏ ਦੇ ਸਿਰਫ ਦੇਖੋ ਇੱਕ ਦਿਨ ਚੱਲਿਆ ਹੋਇਆ 2,000 ਰੁਪਏ ਲੈਸ ਸਿਰਫ ਇੱਕ ਦਿਨ ਦਾ ਤੇ ਬਹੁਤ ਵਧੀਆ ਤੇ ਨਾਲ ਕੀ ਮਿਲੂਗਾ ਇਹਦੇ ਨਾਲ ਸਾਰੀ ਅਸੈਸਰੀ ਹੋਏਗੀ ਡੱਬਾ ਬਿੱਲ ਚਾਰਜਰ ਬਹੁਤ ਵਧੀਆ ਤੇ ਆਨਲਾਈਨ ਕਲਾਸਿਸ ਅੱਜ ਕੱਲ ਆਨਲਾਈਨ ਜਿਹੜੀਆਂ ਕਲਾਸਿਸ ਚੱਲ ਰਹੀਆਂ ਨੇ ਉਹਨਾਂ ਲਈ ਬੈਸਟ ਫੋਨ ਹੈ ਰੀਅਲਮੀ ਦਾ ਕਦੇ ਤੁਹਾਨੂੰ ਹੈਂਗ ਨਹੀਂ ਹੋਊਗਾ ਠੀਕ ਹੈ 4 ਰੁਪਏ ਆਪਣੇ ਕੋਈ 12 ਇਹ 12 ਆਪਣੇ ਕੋਲ 3 ਪੀਸ ਪਏ ਨੇ 1 2 3 ਉਸ ਤੋਂ ਬਾਅਦ ਭਾਜੀ ਹੋਰ ਕੋਈ ਐਜ ਸਕਰੀਨ ਮਿਲ ਜਾਏਗੀ ਆਪਾਂ ਨੂੰ ਅੱਛਾ ਜੀ ਬਹੁਤ ਮਤਲਬ ਇਹਦੀ ਵੈਲਿਊ ਆ ਸੈਮਸੰਗ ਐਚ 70,000 ਰੁਪਏ ਦੇ ਸੀਗੇ ਓਕੇ ਇਹ ਹੁਣ ਤਾਂ ਜਦੋਂ 10,000 ਰੁਪਏ ਸੇਲ ਹੋਈ ਜਾ ਰਿਹਾ ਪਰ ਇਹਨਾਂ ਦੀ ਡਿਮਾਂਡ ਹਲੇ ਵੀ ਬਹੁਤ ਸੈਮਸੰਗ ਐਚ ਕਿਹੜਾ ਹੈ 12 ਸੈਮਸੰਗ S7 ਐਚ S7 ਐਚ ਦੇਖੋ ਫੋਨ ਦੇਖੋ ਕਿੰਨੀ ਘੈਂਟ ਹੈ ਸਕਰੀਨ ਦੇਖੋ ਸਾਈਡ ਤੇ ਐਚ ਸਕਰੀਨ ਹੈ ਤੇ ਬਹੁਤ ਫੀਚਰ ਵੀ ਨੇ ਪ੍ਰਾਈਸ ਕਿੰਨਾ ਹੈ ਇਹਦਾ ਇਹ ਭਾਜੀ 9,000 ਰੁਪਏ ਦਾ 9,000 ਜਿਹੜਾ ਨਵਾਂ ਆਇਆ ਸੀਗਾ 62,000 ਰੁਪਏ ਦਾ 9,000 ਰੁਪਏ ਦੇ ਵਿੱਚ ਸਿਰਫ 62,000 ਦਾ ਫੋਨ 128 GB ਫੋਨ ਕਿੰਨਾ ਵਧੀਆ ਕੁਆਲਿਟੀ ਦੇਖੋ ਪੂਰਾ ਘੈਂਟ ਹੈ ਜੀ ਉਸ ਤੋਂ ਬਾਅਦ ਵੀ ਮਿਲ ਜਾਏਗਾ ਆਪਾਂ ਨੂੰ Redmi 9 2 ਮਹੀਨੇ ਚੱਲਿਆ ਹੋਇਆ ਤੇ ਇਹਦਾ ਇਹ ਕਿੰਨੇ ਦਾ ਨਵਾਂ ਕਿੰਨੇ ਦਾ ਇਹ ਨਵਾਂ 10,000 ਰੁਪਏ ਦਾ ਤੇ ਆਪਾਂ ਕਸਟਮਰ ਨੂੰ 6,000 ਸਿਰਫ 6,000 ਦੇ ਵਿੱਚ 2 ਮਹੀਨੇ ਚੱਲਿਆ ਹੋਇਆ ਫੋਨ 128 GB ਸਿਰਫ 6,000 ਦੇ ਵਿੱਚ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਅਸੈਸਰੀ ਤੇ ਅਸੈਸਰੀ ਦੇ ਵਿੱਚ ਕਿਹੜੇ ਪਏ ਆਪਣੇ ਕੋਲ ਅਸੈਸਰੀ ਦੇ ਵਿੱਚ ਆਪਣੇ ਕੋਲ ਆਈਫੋਨ ਦੇ ਏਅਰਪੋਰਟ ਮਿਲ ਜਾਣਗੇ ਇੱਧਰ ਖਨੇਸ ਦਾ ਕਿਸੇ ਕੋਲ ਸ਼ਾਇਦ ਹੀ ਹੋਣ ਇਸ ਟਾਈਮ ਅੱਛਾ ਦੇਖੋ ਕੰਡੀਸ਼ਨ ਦੇਖੋ ਇਹਨਾਂ ਦੀ ਚੀਜ਼ ਦੇਖੋ ਕਿੰਨੀ ਵਧੀਆ ਦੇਖੋ 골ਡਨ ਕਲਰ ਦੇ ਵਿੱਚ ਐਪਲ ਦੀ ਕਾਪੀ ਹੈ ਜੀ ਭਾਜੀ ਹਾਂਜੀ ਕਾਪੀ ਫਸਟ ਕਾਪੀ ਹੈ ਬਿਲਕੁਲ ਤੇ ਇਹ ਜਾਪਾਨ ਦਾ ਪ੍ਰੋਡਕਟ ਹੈ ਜਾਪਾਨ ਦੇਖੋ ਕੁਆਲਿਟੀ ਦੇਖੋ ਤੁਸੀਂ ਤੇ ਕਲਰ ਦੇਖੋ 골ਡਨ ਕਲਰ ਪੂਰੇ ਖੰਨੇ ਦੇ ਵਿੱਚ ਭਾਜੀ ਕਹਿੰਦੇ ਵੀ ਕਿਤੇ ਨਹੀਂ ਮਿਲਦਾ ਹੈਗਾ ਇੱਥੇ ਹੀ ਮਿਲਦਾ ਤੇ
ਤੇ ਇਹ ਸਿਲਵਰ ਕਲਰ ਦੇ ਵਿੱਚ ਵੀ ਆਉਂਦੇ, ਬਲੈਕ ਕਲਰ ਚ ਵੀ ਆਉਂਦੇ ਨੇ, ਬਲੈਕ ਕਲਰ ਦੇ ਵਿੱਚ ਵੀ ਆਉਂਦੇ ਆ, ਵਾਈਟ ਚ ਵੀ ਆਉਂਦੇ ਆ, ਪਰ ਗੋਲਡਨ ਕਲਰ ਇਸ ਟਾਈਮ ਜਿਹੜਾ ਨਾ ਡਿਮਾਂਡ ਜਿਹੜੀ ਆ ਗੋਲਡਨ ਕਲਰ ਦੀ, ਗੋਲਡਨ ਕਲਰ ਦੀ ਜਿਹੜੀ ਡਿਮਾਂਡ ਆ ਨਾ ਰੀਅਲੀ ਮੈਨੂੰ ਬਹੁਤ ਪਸੰਦ ਆਇਆ, ਹੋ ਸਕਦਾ ਕਿ ਮੈਂ ਹੀ ਲੈ ਜਾਵਾਂ ਤੇ ਬਾਕੀ ਦੇਖਦੇ ਆ। ਉਸ ਤੋਂ ਬਾਅਦ ਏਅਰਪੋਰਟ ਸਿੰਪਲ ਵਾਈਟ ਕਲਰ ਚ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਕੋਲ ਹੁੰਦੇ ਨੇ। ਹਾਂਜੀ ਏਅਰਪੋਰਟ ਇਹ ਵੀ ਵਧੀਆ ਸੇਲ ਹੁੰਦੀ ਆ ਅੱਜ ਕੱਲ, ਇਹ ਮਾਰਕੀਟ ਦਾ ਪ੍ਰਾਈਸ ਵੈਸੇ 1200-1300 ਰੁਪਏ ਲੋਕੀ ਸੇਲ ਕਰੀ ਜਾਂਦੇ ਨੇ, ਆਪਾਂ 700 ਰੁਪਏ ਸੇਲ ਸਿਰਫ 700 ਦੇ ਵਿੱਚ ਐਪਲ ਦੇ ਕਾਪੀ ਜਮਈ। ਏਅਰਪੋਰਟਸ ਦੇਖੋ ਕਿੰਨੀ ਵਧੀਆ, ਬਿਲਕੁਲ ਹਾਈ ਕਾਪੀ, ਜਾਪਾਨ ਦਾ ਪ੍ਰੋਡਕਟ ਹੈ, ਜਾਪਾਨ ਦਾ ਪ੍ਰੋਡਕਟ ਹੈ ਤੇ ਵਾਈਟ ਕਲਰ ਦੇ ਵਿੱਚ ਤੇ ਚਾਰਜਿੰਗ ਬੈਟਰੀ ਬੈਕਅਪ ਕਿੰਨਾ ਭਾਜੀ? ਬੈਟਰੀ ਬੈਕਅਪ ਭਾਜੀ ਕਰ ਦਿੰਦੇ ਨੇ ਆਪਣੀ ਯੂਐਸਬੀ, ਆ ਦਿਨ ਵੀ ਕਰ ਦਿੰਦਾ। ਅੱਛਾ, ਜੇ ਮਤਲਬ ਕਿ ਲਗਾਤਾਰ ਚਲਾਈ 4-5 ਘੰਟੇ ਆਰਾਮ ਨਾਲ ਕੱਢਣਗੇ। ਓਕੇ, ਫਿਰ ਤਾਂ ਬਹੁਤ ਵਧੀਆ ਜੀ। ਇਹ ਬਰਡਸ ਨੇ JBL ਦੇ ਨੇ ਤੇ JBL ਦੀ ਹਾਈ ਕਾਪੀ ਹੈ, JBL ਦੀ ਹਾਈ ਕਾਪੀ, ਬਿਲਕੁਲ ਮਤਲਬ ਕਿ ਜਿਵੇਂ ਵਾਈਟ ਕਲਰ ਬਲੈਕ, ਵਾਈਟ ਕਲਰ ਐਂਡ ਬਲੈਕ ਕਲਰ ਦੇ ਵਿੱਚ ਅਵੇਲੇਬਲ ਹੈ ਤੇ ਇਹਨਾਂ ਦਾ ਪ੍ਰਾਈਸ, ਇਹਨਾਂ ਦਾ ਪ੍ਰਾਈਸ ਭਾਜੀ 500 ਤੋਂ ਸ਼ੁਰੂ ਹੋ ਜਾਂਦਾ, 500 ਤੋਂ ਸ਼ੁਰੂ ਹੋ ਜਾਂਦਾ। ਦੇਖੋ ਤੁਸੀਂ ਖੋਲ ਕੇ ਦਿਖਾਓ, ਇਸ ਦੀ ਬੈਟਰੀ ਸ਼ਾਇਦ ਡਾਊਨ ਹੈ, JBL ਦਾ ਦੇਖੋ ਸਾਊਂਡ ਅੱਜ ਕੱਲ ਬਹੁਤ ਬੈਸਟ ਮੰਨਿਆ ਜਾ ਰਿਹਾ ਤੇ ਵਾਕਈ ਬਹੁਤ ਵਧੀਆ ਲੱਗੇ ਮੈਨੂੰ। ਤੇ ਉਸ ਤੋਂ ਬਾਅਦ ਆ ਐਪਲ ਦੇ ਚਾਰਜਰ ਟਾਈਪ ਸੀ ਚਾਰਜਰ ਜੀ ਅਵੇਲੇਬਲ ਹੈ, ਠੀਕ ਹੈ। ਅਡਾਪਟਰ 18 ਵੋਲਟ ਦਾ ਅਡਾਪਟਰ ਹੈ, ਇਹ ਕਿੰਨਾ ਭਾਜੀ ਇਹਦਾ ਪ੍ਰਾਈਸ? ਇਹ ਭਾਜੀ ਹੈਗਾ ਮਾਰਕੀਟ ਦਾ ਪ੍ਰਾਈਸ ਤਾਂ ਬਹੁਤ ਮਹਿੰਗਾ ਸੇਲ ਕਰਦੇ ਨੇ ਲੋਕੀ, 1500-1500 ਰੁਪਏ ਕਰੀ ਜਾਂਦੇ ਨੇ, ਓਕੇ ਆਪਾਂ ਬਹੁਤ ਵਧੀਆ ਰੇਟ 500 ਰੁਪਏ ਸੇਲ ਕਰ ਦਿੰਦੇ ਆ। ਅੱਛਾ, 500 ਰੁਪਏ ਦੇ ਵਿੱਚ ਟਾਈਪ ਸੀ ਚਾਰਜਰ, 200 ਰੁਪਏ ਹੋਰ ਦੇ ਦਿੰਦੇ ਤਾਂ ਤੁਹਾਨੂੰ 6 ਮਹੀਨੇ ਦੀ ਵਾਰੰਟੀ ਮਿਲ ਜਾਂਦੀ ਹੈ, ਠੀਕ ਹੈ ਜੀ। 700 ਰੁਪਏ ਦੇ ਵਿੱਚ 6 ਮਹੀਨੇ ਦੀ ਗਾਰੰਟੀ ਹੈ ਤੇ 500 ਰੁਪਏ ਦੇ ਵਿੱਚ ਕੋਈ ਗਾਰੰਟੀ ਨਹੀਂ, ਠੀਕ ਹੈ ਜੀ, ਚੈਕਿੰਗ ਗਾਰੰਟੀ। ਚਲੋ ਬਾਕੀ ਆਈਫੋਨ ਦਾ ਤੁਸੀਂ ਬਾਹਰ ਮਾਰਕੀਟ 'ਚ ਪਤਾ ਕਰ ਲਓ, 1200-1300 ਤੋਂ ਘੱਟ ਕਿਤੇ ਨਹੀਂ ਮਿਲਣਾ। ਉਰੇ ਦੇਖੋ ਤੁਸੀਂ 500 ਰੁਪਏ ਦੇ ਵਿੱਚ ਆਈਫੋਨ ਦਾ ਚਾਰਜਰ ਹੈ, ਬਹੁਤ ਵਧੀਆ ਹੈ। ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਹੈੱਡਫੋਨਸ ਦੀ। ਹੈੱਡਫੋਨਸ ਦੀ ਵੀ ਕੁਆਲਿਟੀ ਹੈ ਤੇ ਕੁਆਂਟਿਟੀ ਬਹੁਤ ਹੈ, ਪਹਿਲਾਂ ਚੈੱਕ ਕਰੋ ਤੁਸੀਂ ਬੋਟ ਦੇ ਆ, ਇਹ ਕਿਹੜੇ ਰੀਅਲਮੀ ਦੇ ਆ, ਠੀਕ ਹੈ ਜੀ, UNI ਦੇ ਆ, ਕੰਪਨੀ ਹੈ, ਵਾਰੰਟੀ ਵਾਲੀ ਵੀ ਹੈ, 6 ਮਹੀਨੇ ਦੀ ਵਾਰੰਟੀ ਮਿਲਦੀ ਹੈ ਇਹਨਾਂ ਦੇ ਉੱਪਰ। ਅੱਛਾ, 6 ਮਹੀਨੇ ਦੀ ਗਾਰੰਟੀ ਦੇ ਨਾਲ ਹੈ ਤੇ ਆ ਕਿਹੜੇ ਆ, ਇਹ ਕਾਰ ਚਾਰਜਰ ਹੈ, ਇਹ ਕਾਰ ਚਾਰਜਰ ਹੈ, ਇਹ ਵੀ ਕਾਰ ਚਾਰਜਰ ਹੈ, ਡਿਫਰੈਂਟ ਡਿਫਰੈਂਟ ਕੁਆਲਿਟੀਆਂ ਨੇ, ਮੈਂ ਪਹਿਲਾਂ ਤੁਹਾਨੂੰ ਦਿਖਾਣਾ ਭੁੱਲ ਗਿਆ ਸੀਗਾ। ਅੱਛਾ, ਇਹ ਵਾਰੰਟੀ ਚ ਨੇ, ਇਹ ਮਹੀਨੇ ਚੱਲੇ ਹੋਏ ਨੇ ਸਰ ਕੋ। ਅੱਛਾ ਜੀ, ਇਹ ਬਿਲਕੁਲ ਨਿਊ ਵਰਗੀ ਕੰਡੀਸ਼ਨ ਹੈ ਇਹਨਾਂ ਦੀ, ਠੀਕ ਹੈ ਜੀ, ਦੇਖ ਸਕਦੇ ਹੋ ਤੁਸੀਂ। ਤੇ ਦੇਖੋ ਤੁਸੀਂ ਐਪਲ ਦੇ ਏਅਰਪੋਰਟਸ ਪਏ ਆ ਤੇ ਡੱਬਾ ਦੇਖੋ ਤੁਸੀਂ, ਏਅਰਪੋਰਟਸ ਪ੍ਰੋ ਨੇ ਭਾਜੀ, ਏਅਰਪੋਰਟਸ ਪ੍ਰੋ, ਓਕੇ। ਤੇ ਮਾਰਕੀਟ 'ਚ ਇਹਦਾ ਪ੍ਰਾਈਸ ਕਿੰਨਾ ਏਅਰਪੋਰਟ ਪ੍ਰੋਜ਼ ਦਾ? ਏਅਰਪੋਰਟ ਪ੍ਰੋ ਭਾਜੀ ਨਵੇਂ ਤਾਂ ਹੈਗੇ ਨੇ, ਇਹ 17000 ਰੁਪਏ ਦੇ ਨੇ। ਅੱਛਾ ਜੀ, ਇਹ ਚੱਲੇ ਹੋਏ ਨੇ 8000 ਰੁਪਏ ਸੇਲ ਕਰਦੇ, ਸਿਰਫ 8000 ਦੇ ਵਿੱਚ ਗਾਰੰਟੀ 'ਚ ਐਪਲ ਦੇ ਏਅਰਪੋਰਟ ਪ੍ਰੋਜ਼ ਗਾਰੰਟੀ ਦੇ ਵਿੱਚ ਪਏ ਆ ਹਲੇ। ਤੇ ਦੇਖੋ ਵਧੀਆ ਲੱਗਿਆ ਬਹੁਤ। ਤੇ ਉਸ ਤੋਂ ਬਾਅਦ ਕੋਈ ਹੋਰ ਆਈਟਮ? ਤੇ ਭਾਜੀ ਰਿਪੇਅਰਿੰਗ ਦਾ ਵੀ ਕੰਮ ਕਰਦੇ ਨੇ, ਰਿਪੇਅਰਿੰਗ ਆਪਾਂ ਕਰਦੇ ਜੀ, ਗਲਾਸਿੰਗ ਵੀ ਕਰ ਲੈਂਦੇ ਆ, ਕੋਈ ਫੋਨ ਦੀ ਮਤਲਬ ਉੱਪਰ ਟੱਚ ਬ੍ਰੇਕ ਆ ਤਾਂ ਆਪਾਂ ਠੀਕ ਕਰ ਦਿੰਦੇ ਹਾਂ। ਤੇ ਵੀਡੀਓ, ਤੇ ਵੀਡੀਓ ਤਾਂ ਤੁਸੀਂ ਦੇਖ ਹੀ ਰਹੇ ਹੋ, ਬਟ ਮੈਂ ਇੱਕ ਗੱਲ ਨਾਲ ਦੀ ਨਾਲ ਕਲੀਅਰ ਕਰ ਦਿੰਦਾ ਕਿ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ, ਇਹ ਮੇਰਾ ਛੋਟਾ ਭਾਈ ਹੈ, ਠੀਕ ਹੈ, ਤੇ ਸਾਡਾ ਪਿਆਰ ਹੈ, ਮੇਰਾ ਇਵਨ ਇਹ ਸਟੂਡੈਂਟ ਵੀ ਰਿਹਾ ਜਦੋਂ ਪਲੱਸ ਟੂ ਦੇ ਵਿੱਚ ਸੀਗੇ, ਦੋਨੋਂ ਹੀ ਸਟੂਡੈਂਟ ਸੀਗੇ ਨਕਸ਼ ਦੇ ਬੰਕਸ਼, ਤੇ ਪਿਆਰ ਕਰਕੇ ਮੈਂ ਕਿਹਾ ਚਲੋ ਤੁਹਾਡੀ ਵੀਡੀਓ ਬਣਾਉਂਦੇ ਹਾਂ। ਇੱਕ ਪਾਵਰ ਬੈਂਕ ਵੀ ਹੈਗਾ 20000 mAh ਹੈ ਜੀ। ਅੱਛਾ, ਤੁਸੀਂ ਦੇਖ ਸਕਦੇ ਹੋ 20000 mAh, ਨਾਲੇ ਵਾਰੰਟੀ ਹੈ 6 ਮਹੀਨੇ, ਹਲਕ ਪਾਵਰ ਬੈਂਕ ਤੇ 6 ਮਹੀਨੇ ਦੀ ਗਾਰੰਟੀ ਹੈ। ਕਿੰਨਾ ਪ੍ਰਾਈਸ ਹੈ ਭਾਜੀ? ਇਹ ਭਾਜੀ ਹੈਗਾ 900 ਰੁਪਏ, 900 ਰੁਪਏ ਦੇ ਵਿੱਚ ਪਾਵਰ ਬੈਂਕ ਮੈਕਸੀ ਦਾ। ਮੈਕਸੀ ਵੀ ਵਧੀਆ ਕੰਪਨੀ ਹੈ ਤੇ 6 ਕੰਪਨੀ ਆਪਾਂ ਸਾਰੀ ਚੀਜ਼ ਇਹੀ ਸੇਲ ਕਰਦੇ ਆ, ਸਪੀਕਰ ਤੋਂ ਲੈ ਕੇ ਚਾਰਜਰ ਹੈੱਡਫੋਨ ਸਾਰੇ ਪਾਈ ਸੇਲ ਕਰਦੇ। ਓਕੇ, ਤੇ 6 ਮਹੀਨੇ ਦੀ ਗਾਰੰਟੀ ਹੈ ਤੇ ਉਸ ਤੋਂ ਬਾਅਦ ਕੋ ਵਾਚ ਵੀ ਪਈ ਆ। ਅੱਛਾ, ਤੇ ਆਉਂਦੀਆਂ ਰਹਿੰਦੀਆਂ ਨੇ, ਬਹੁਤ ਸੇਲ ਵੀ 21 ਰਹਿ ਗਿਆ ਲਾਸਟ। ਅੱਛਾ, ਦੇਖ ਸਕਦੇ ਤੁਸੀਂ ਬਹੁਤ ਵਧੀਆ ਚੀਜ਼ ਆ, ਵਾਇਰਲੈਸ ਚਾਰਜਿੰਗ ਲੱਗਦਾ ਪਿੱਛੇ, ਨਾਲ ਸਟ੍ਰੈਪਸ ਵੀ ਬਹੁਤ ਵਧੀਆ ਨੇ, ਠੀਕ ਹੈ ਜੀ। ਆ ਦੇਖੋ ਪ੍ਰੋਡਕਟ, ਚੈੱਕ ਕਰੋ ਇਹਨਾਂ ਦਾ, ਜਿਵੇਂ ਮਰਜ਼ੀ ਕਰ ਲਓ, ਕੁਝ ਨਹੀਂ ਹੋਣਾ ਇਹਨਾਂ। ਓਕੇ, ਇਹ ਹੈ ਜੀ ਆਈ ਵਾਚ ਦੀ ਕਾਪੀ ਹੈ, ਐਪਲ ਵਾਚ ਦੀ ਕਾਪੀ ਹੈ ਤੇ ਵਾਇਰਲੈਸ ਚਾਰਜਰ ਨਾਲ ਇਹ ਚਾਰਜਰ ਕਨੈਕਟ ਹੋ ਜਾਂਦਾ ਦਾ। ਦੇਖੋ ਜੀ ਚਾਰਜਰ ਇਦਾਂ ਕਨੈਕਟ ਹੋ ਜਾਂਦਾ ਤੇ ਕੁਆਲਿਟੀ ਦੇਖੋ, ਜਮਾ ਹੀ ਐਪਲ ਦੀ ਕਾਪੀ ਹੈ, ਸੀਰੀਜ਼ 6 ਐਪਲ ਦੀ ਸੀਰੀਜ਼ 6 ਦੀ ਕਾਪੀ। ਇਹਦੇ ਉੱਤੇ ਵਾਲਪੇਪਰ ਵੀ ਲੱਗ ਜਾਂਦਾ ਆਪਣਾ। ਅੱਛਾ, ਆ ਦੇਖੋ ਇਹ ਨਾਲ ਵਾਲਪੇਪਰ ਜਿਹੇ ਹੁੰਦੇ ਨੇ। ਓਕੇ, ਦੇਖੋ ਅਲੱਗ-ਅਲੱਗ 3D ਵਾਲਪੇਪਰ ਵੀ ਹੈਗੇ ਇਸ 'ਚ, ਅਲੱਗ-ਅਲੱਗ ਇਹਦਾ ਸੈਟਅਪ ਕਰਨਾ ਪਊਗਾ। ਹਾਂਜੀ, 3D ਵਾਲਪੇਪਰ ਲੱਗਦੇ ਆ, ਦੇਖੋ ਕਿੰਨੇ ਵਧੀਆ ਤੇ ਕੁਆਲਿਟੀ ਦੇਖੋ ਤੁਸੀਂ। ਇਹਨੂੰ ਪਾ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਕਾਪੀ ਹੈ, ਜਮਾ ਹੀ ਐਪਲ ਸੀਰੀਜ਼ 6 ਦੀ ਕਾਪੀ ਐਪਲ ਦੀ, ਬਹੁਤ ਵਧੀਆ। ਤੇ ਕਿੰਨਾ ਪ੍ਰਾਈਸ ਇਹਦਾ?
1200 ਰੁਪਏ ਸਟਾਰਟਿੰਗ ਹੋਈ ਦੀ ਠੀਕ ਉਹ ਸਾਰੇ ਸਪੀਕਰਾਂ ਦੀ ਕੁਆਲਿਟੀ ਹੁੰਦੀ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਅੱਛਾ ਸਟਾਰਟਿੰਗ 250 ਰੁਪਏ ਤੋਂ ਹੁੰਦੀ ਹੈ ਓਕੇ ਆਹ ਹੋ ਗਿਆ ਰੈੱਡ ਕਲਰ ਆ ਵੀ ਚੀਜ਼ ਪਈ ਹੈ ਵੀ ਬਹੁਤ ਵਧੀਆ ਕੁਆਲਿਟੀ ਹੈ ਇਹਦਾ ਟਾਵਰ ਲੱਗ ਰਿਹਾ ਪੂਰਾ ਤੇ ਵੌਇਸ ਇਹਨਾਂ ਦੀ ਬਹੁਤ ਵਧੀਆ ਹੈ ਠੀਕ ਹੈ ਕੰਪਨੀ ਕਿਹੜੀ ਹੈ ਮੈਗਜ਼ੀ ਦੀ ਮੈਗਜ਼ੀ ਦੇ ਪ੍ਰੋਡਕਟ ਨੇ ਆਪਾਂ ਜਿਆਦਾ ਠੀਕ ਹੈ ਜੀ ਇਹ ਬਾਕਸ ਮੈਗਜ਼ੀ ਹੈ ਓਕੇ ਠੀਕ ਹੈ ਆ ਵੀ ਮੈਗਜ਼ੀ ਆਪਣਾ ਓਕੇ ਇਹਦੀ ਵਾਲ ਤੇ ਆ ਆਪਾਂ ਕਨੈਕਟ ਕਰਕੇ ਵੀ ਦਿਖਾਉਂਦੇ ਆ ਤੁਹਾਨੂੰ ਇਹਦੀ ਵੌਇਸ ਕੁਆਲਿਟੀ ਮੈਗਜ਼ੀ ਦੀ ਠੀਕ ਹੈ ठीक है तो इसी क्वालिटी देखो तुसी वॉइस क्वालिटी बहुत बढ़िया जरूर विजिट करो सो गाइस नेक्स्ट ने दा फोन ले लिया बड़ा पसंद आया ओनू रेडमी 10S नोट 10S ब्लू कलर दे विच क्या बात है नक्श की कहना चाहोगे मैं बहुत खुश है मम्मी ने फोन दवाया अच्छा पापा दे पैसे दा रेडमी ठीक है मम्मी दी फोन नहीं तोड़ना नक्श कह रहे फोन लिया बड़ी मुश्किल है करे लिंक जाना है ए हम YouTube पे पैनी हूं फिर पहली वीडियो अपने नाल आपा करेंगे और भी कभी साडा भी जी किता व्लॉगिंग ना करेंगे तो जरूर बिल्कुल बिल्कुल देखो जी फोन बहुत बढ़िया कवर पै गया ठीक है कॉन्ग्रेचुलेशन आंटी जी कॉन्ग्रेचुलेशन नवे फोन दी बहुत बहुत बधाइयां ठीक है जी थोड़ा ध्यान ना रखियो विजिटिंग कार्ड साहिल मोबाइल्स नंबर भी दिता होया जे किसी ने दुकान विजिट करनी है कॉल करके अच्छा जी ये दूसरी दुकान है जनता मोटर्स ऑटो सेंटर नंबर मेंशन है संजीव कुमार ते इधर है जी साहिल मोबाइल ए जी टी रोड ते है जी ये हैगी है साहिल मोबाइल हैगी है ਸਮਰਾਲਾ ਰੋਡ ਤੇ ਕਾਲ ਕਰ ਸਕਦੇ ਹੋ ਜੇ ਐਡਰੈਸ ਦੇ ਵਿੱਚ ਦਿੱਕਤ ਆਉਂਦੀ ਹੈ ਠੀਕ ਹੈ ਜੀ ਸੋ ਗਾਈਸ ਇਹ ਸੀ ਸਾਡੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਨੀਚੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਦੁਕਾਨ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਆਈਫੋਨ ਲੈਣਾ ਕੋਈ ਵੀ ਅਸੈਸਰੀ ਲੈਣੀ ਹੈ ਬਾਈ ਉਹਨਾਂ ਨੂੰ ਜ਼ਰੂਰ ਮਿਲਿਓ ਆ ਕੇ ਤੇ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ